ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਬਾਜਾਂ ਵਾਲੇ ਸਤਿਗੁਰੂ ਦਾ ਬਖਸ਼ਿਆ ਹੋਇਆ ਫਤਿਹ ਦਾ ਨਾਰਾ ਬੁਲੰਦ ਕਰੀਏ। ਗੱਜ ਕੇ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਪ੍ਰੋਗਰਾਮ ਵਿੱਚ ਮਾਲਵੇ ਦੇ ਸ਼੍ਰੋਮਣੀ ਕਵੀ ਬਾਬੂ ਰਜਬ ਅਲੀ ਖਾਨ ਸਾਹੋਕਿਆਂ ਵਾਲਿਆਂ ਦੇ ਲਿਖੇ ਹੋਏ ਨੀਤੀ ਦੇ ਕਵਿਤ, ਗਿਣਤੀ ਦੇ ਬੈਤ ਅਤੇ ਹਾਸ ਰਸ ਭਰਪੂਰ ਸੱਭਿਆਚਾਰਕ ਕਵਿਤਾਵਾਂ ਲੈ ਕੇ ਹਾਜ਼ਰ ਹੋਏ ਹਾਂ। ਆਓ ਸਭ ਤੋਂ ਪਹਿਲਾਂ ਪੰਜਾਬੀ ਬੋਲੀ ਦੀ ਸੇਵਾ ਵਿੱਚ ਕੁਝ ਕਵਿਤਾ ਨਾਲ ਸ਼ੁਰੂਆਤ ਕਰੀਏ। ਲਾਲਬਾਈ ਵਾਲੇ ਜਥੇ ਵੱਲੋਂ ਇਉਂ ਬੇਨਤੀ ਕੀਤੀ ਜਾ ਰਹੀ ਹੈ। ਦਸ ਹੱਥ ਬੰਨ ਕੇ ਤੇ ਆਉਂਦੇ ਪਰਮਾਤਮਾ ਨੂੰ, ਰੰਗ ਲੈ ਦਿਮਾਗ ਚ ਜਗਾ ਦੇ ਨਾਮੀ ਬੈਠਰੇ, ਵੇਦ ਤੇ ਗ੍ਰੰਥ ਲਿਆ ਕੇ ਵਾਚ ਲੇ ਅਨੇਕਾਂ, ਮੈਂ ਤਾਂ ਪੜ ਲੇ ਬਥੇਰਾ, ਆਲ ਜੈਵ ਰਾਜ ਮੈਂ ਟਰੀ, ਮੁਸ਼ਕਲ ਨਾਲ ਅੰਗਰੇਜ਼ਾਂ ਦੀ ਜ਼ਬਾਨ ਸਿੱਖੀ, ਲੈ ਕਪਰ ਫੈਸਰਾ ਸਖਾ ਤੇ ਐਸੇ ਲੈ ਟਰੀ, ਬਾਬੂ ਜੀ ਤੇ ਮੇਰਾ ਕਰੋ ਆਪਣਾ ਸਮਝ, ਬੱਚਾ ਆਜ ਨਾਮੀ ਰਚਣੀ ਪੰਜਾਬ ਦੀ ਪਵੈਟਰੀ, ਝਾੜੀ ਵਿੱਚ ਰੂਪ ਵਾਲੇ, ਪਾਦ ਵਿੱਚ ਕੂਪ ਵਾਲੇ, ਦੁਆਬੇ ਅੰਬ ਚੂਪ ਵਾਲੇ ਕੀਮਤਾਂ ਨੇ ਰੈਲੀਆਂ, ਬਾਰ ਚ ਬਨੋਟੇ ਵਾਲੇ, ਦੰਦੀ ਲੋਕ ਖੋਟੇ ਵਾਲੇ, ਨੈ ਚਵਾਉਣ ਝੂਟੇ ਵਾਲੇ ਹੈ ਕਰੜ ਪੈਲੀਆਂ, ਰਾਵੀ ਵਿੱਚ ਚੋਰ ਵਾਲੇ, ਮਾਝੇ ਮੱਲ ਜੋਰ ਵਾਲੇ, ਬਾਈਏ ਵਿੱਚ ਖੋਰ ਵਾਲੇ ਅੱਖਾਂ ਰਹਿਣ ਮੈਲੀਆਂ, ਥਲੀ ਵਿੱਚ ਟੱਪ ਵਾਲੇ, ਲਈਏ ਰਹਿਣ ਸੱਪ ਵਾਲੇ, ਸ਼ਹਿਰ ਲਾਉਣ ਗੱਪ ਅਸੀਂ ਸੱਚ ਗੱਲਾਂ ਕਹਿ ਲਈਆਂ, ਅੱਖ ਗੁਜਰਾਤਣਾ ਦੀ ਹੁੰਦੀ ਐ ਮਾਮੂਲੇ ਜੈਸੀ, ਦਿੱਲੀ ਲਖਨਊ ਦੀ ਜ਼ਬਾਨ ਦਿਲ ਪਿੰਜਣੀ, ਬੰਗਲੇ ਦੀ ਗੁੱਤ ਤੋਰ ਜਾਗਰਾਵਾਂ ਵਾਲੀਆਂ ਦੀ, ਨੌਨਵਾਲ ਖਾਣ ਜੋ ਬਰੋਲਾ ਪੈ ਜੇ ਚਿੰਜਣੀ, ਚੰਗ ਲੰਮੀ ਧੌਣ ਗੋਲ ਮੁੱਖ ਕਸ਼ਮੀਰ ਨਾਂ ਦਾ ਮਾਲ ਵੈਣਾ, ਮੂੰਹ ਦੀਆਂ ਸ਼ਿੰਗਾਰ ਲਾ ਤਰਿੰਜਣੀ, ਰੱਜ ਵਾਲੀ ਛਾਤੀ ਠੱਕ ਰਾਣੀ ਦੀ ਸਜਾਵਟ ਦੇਵੇ, ਹੁੰਦੀ ਵੈਸ਼ ਨੈਣ ਦੀ ਜਿਆਦਾ ਸੋਹਣੀ ਪਿੰਜਣੀ, ਜੀਰੇ ਦੇ ਇਲਾਕੇ ਵਿੱਚ ਚੋਰੀ ਦਾ ਰਿਵਾਜ ਵਾਲਾ, ਠੱਗੀ ਵੱਛੀ ਹੱਕ ਕੇ ਲੁਕਾਣ ਵਿੱਚ ਚੱਲਦੇ, ਅੰਮ੍ਰਿਤਸਰ ਤੇ ਲਾਹੌਰ ਦੇ ਕਲੌਟੇ ਵਾਲੇ, ਘਰ ਘਰ ਪੱਟੇ ਵੇ ਅਖਾੜੇ ਹਾਰ ਮੱਲਦੇ, ਲੁਧਿਆਣੇ ਲਵੇ ਦੇ ਲਗੋਜਿਆਂ ਦੇ ਸ਼ੌਂਕੀ ਵਾਲੇ, ਬਾਈਏ ਦੇ ਇਲਾਕੇ ਪਸਤੌਲ ਵਾਲੇ ਚੱਲਦੇ, ਸਾਬੋ ਦੇ ਖਡਾਰੀ ਚੰਡੀ ਲਿਆਉਂਦੇ ਜਾ ਕੇ ਮੇਲਿਆਂ ਤੋਂ, ਰੱਜ ਵਾਲੀ ਬਾਗੜੀ ਪਿਆਰੇ ਢੋਲ ਢੱਲ ਦੇ, ਫੁੱਲ ਨੀ ਗੁਲਾਬ ਜੈਸਾ, ਹੌਸਲਾ ਸ਼ਰਾਬ ਜੈਸਾ, ਚਾਨਣਾ ਮਤਾਬ ਜੈਸਾ ਹੁੰਦਾ ਮਨ ਮੋਹਣਾ ਨੀ, ਹੁਨਰ ਬੰਗਾਲ ਜੈਸਾ, ਰੂਪ ਚੰਗ ਸਿਆਲ ਜੈਸਾ, ਕੂੜਾ ਮਾਹੀ ਵਾਲ ਜੈਸਾ, ਜਣੇ ਖਣੇ ਟੋਣਾ ਨੀ, ਸ਼ਹਿਰ ਨੀ ਭੰਭੂਰ ਜੈਸਾ, ਗਾਲ ਸੋਹਣਾ ਮੋਰ ਜੈਸਾ, ਹਾਰ ਜਾਨੀ ਚੋਰ ਜੈਸਾ, ਕਿਸੇ ਨੇ ਪਰੋਣਾ ਨੀ, ਸੂਰ ਮਾਨੀ ਸ਼ੇਰ ਜਾ, ਭੰਡਾਰੀ ਨੀ ਕਬੀਰ ਜਾ, ਤੇ ਭਗਤ ਸਿਉਂ ਦਲੇਰ ਜਾ, ਦਲੇਰ ਪੈਦਾ ਹੋਣਾ ਨੀ, ਧੁੱਪ ਮਾਲਤਾਨ ਜਿੰਨੀ, ਆਕੜ ਸ਼ਤਾਨ ਜਿੰਨੀ, ਸ਼ਾਹੀ ਸੁਲੇਮਾਨ ਜਿੰਨੀ, ਯੂਸਫ ਜਿੰਨਾ ਸੋਹਣਾ ਨੀ, ਬਾਲੀ ਜਿੰਨਾ ਜਾਬਰ, ਲੰਕੇਸ਼ ਜਿੰਨਾ ਟੱਬਰ, ਅਜੂਬ ਜਿੰਨਾ ਸਾਬਰ, ਯਕੂਬ ਜਿੰਨਾ ਰੋਣਾ ਨੀ, ਹੇਕ ਮਿੱਠੀ ਪਿੱਕ ਤੋਂ, ਬਿਮਾਰੀ ਤਾਪ ਦਿੱਕ ਤੋਂ, ਬਣੀ ਦਾ ਹਾਰ ਇੱਕ ਤੋਂ, ਨਿਸ਼ਾਨ ਚੀਜ਼ ਰੋਣਾ ਨੀ, ਸੂਰਮਾ ਨੀ ਸ਼ੇਰ ਜਾ, ਭੰਡਾਰੀ ਨੀ ਕਬੀਰ ਜਾ, ਤੇ ਭਗਤ ਸਿਉਂ ਦਲੇਰ ਜਾ,
ਸੱਚਾ ਦਲੇਰ ਪੈਦਾ ਹੋਣਾ ਨੀ। ਜੰਗ ਕੁਰੂਕਸ਼ੇਤਰ ਜੈਸਾ ਨਾਗਨੀ ਜਮੇਤਰ ਜੈਸਾ ਰੇਸ਼ਮ ਚੀਨੋ ਬੇਤਰ ਜੈਸਾ ਬਰਮਾ ਜਾ ਸਮਕਾਉਣਾ ਨੀ। ਦੇਣ ਚੰਗਾ ਈਦ ਜੈਸਾ ਫਕਰ ਫਰੀਦ ਜੈਸਾ ਗੰਗੂ ਤੇ ਵਜੀਦ ਜੈਸਾ ਮਾੜਾ ਬੀਜ ਪੋਣਾ ਨੀ। ਔਜ ਜੈਸਾ ਕਾਠ ਰਾਜਾ ਨਿੱਗਾ ਨਾ ਬਰਾਠ ਜੈਸਾ ਮਾਲ ਦੁੱਲੇ ਰਾਠ ਜੈਸਾ ਕਿਸੇ ਨੇ ਲਕੋਣਾ ਨੀ। ਸੂਰਮਾ ਨੀ ਸ਼ੇਰ ਜਾ ਭੰਡਾਰੀ ਨੀ ਕਬੀਰ ਜਾ ਤੇ ਭਗਤ ਸਿਉਂ ਦਲੇਰ ਜਾ ਦਲੇਰ ਪੈਦਾ ਹੋਣਾ ਨੀ। ਪਿਆਰ ਭਾਈ ਭੈਣ ਜੈਸਾ ਵੈਦ ਨੀ ਸਖੈਣ ਜਾ ਸੰਦੇਸ਼ਣਾ ਦੀ ਨੈਣ ਜੈਸਾ ਕਿਸੇ ਸੀਸ ਧੋਣਾ ਨੀ। ਤਿੱਖਾ ਬੋਲ ਬਿੰਡੇ ਜੈਸਾ ਸਵਾਦ ਨੀ ਚਟਿੰਡੇ ਜੈਸਾ ਟੇਸ਼ਣਾ ਬਠਿੰਡੇ ਜੈਸਾ ਮੈਲ ਦਾ ਖਲੋਣਾ ਨੀ। ਕਿਲਾ ਨੀ ਚਤੌੜ ਜੈਸਾ ਕੌਲ ਨੀ ਪਦੌੜ ਜੈਸਾ ਡਾਕੂ ਜਾਉਣੇ ਮੌੜ ਜੈਸਾ ਕਿਸੇ ਦੇਸ਼ ਹੋਣਾ ਨੀ। ਸੂਰਮਾ ਨੀ ਸ਼ੇਰ ਜਾ ਭੰਡਾਰੀ ਨੀ ਕਬੀਰ ਜਾ ਤੇ ਭਗਤ ਸਿਉਂ ਦਲੇਰ ਜਾ ਦਲੇਰ ਪੈਦਾ ਹੋਣਾ ਨੀ। ਕੋਇਲ ਜੈਸਾ ਬੋਲ ਤੇ ਹਣਸ ਜੈਸੀ ਤੋਰ ਹੈ ਨੀ ਜ਼ਹਿਰ ਜੈਸਾ ਕੌੜਾ ਤੇ ਸ਼ਹਿਦ ਜੈਸਾ ਮਿਠਾਣਾ। ਜਰਮਨੀ ਦੀ ਤੋਪ ਤੇ ਸਫਾਈ ਨਾ ਫਰਾਂਸ ਜੰਨੀ ਰੂਮ ਦੇ ਜਵਾਨ ਜਾ ਜਵਾਨ ਕੋਈ ਡਿਠਾਣਾ। ਜਰਮਨੀ ਦੀ ਤੋਪ ਤੇ ਸਫਾਈ ਨਾ ਫਰਾਂਸ ਜੈਸੀ ਰੂਮ ਦੇ ਜਵਾਨ ਜਾ ਜਵਾਨ ਕੋਈ ਡਿਠਾਣਾ। ਥਲੀ ਜੈਸਾ ਬੈਲ ਤੇ ਅਰਾਕੀ ਨਾ ਅਰਾਨ ਜੈਸਾ ਬਾਂਗਰ ਦੀ ਮੱਝ ਜਾ ਕਿਸੇ ਵੀ ਮੈਦਾ ਪਿਠਾਣਾ। ਰਾਜ ਵਾਲੀ ਜੈਸਾ ਨਾ ਅਕਲਹੀਨ ਸ਼ਹਿਰ ਕੋਈ ਵਾਰੇ ਸ਼ਾਦੀ ਹੀਰ ਦੇ ਸਮਾਨ ਕੋਈ ਚਿਠਾਣਾ। ਖੁਸ਼ੀ ਨਾ ਬਰਾਤ ਜਿੰਨੀ ਬਰਕਤ ਜਮਾਤ ਜਿੰਨੀ ਤੰਗੀ ਹਵਾਲਾਤ ਜਿੰਨੀ ਡਰ ਹੈ ਨਾ ਡੈਣ ਜਾ। ਫੌਜ ਜੈਸਾ ਠਾਠ ਰਾਜਾ ਡਿੱਠਾ ਨਾ ਬਰਾਠ ਜੈਸਾ ਦੁੱਲੇ ਜੈਸਾ ਰਾਠ ਹੋਰ ਵੈਦ ਨਾ ਹਸੈਣ ਜਾ। ਚੰਗਾ ਦੇਣ ਈਦ ਜੈਸਾ ਫਕਰ ਫਰੀਦ ਜੈਸਾ ਪਾਪੀ ਨਾ ਵਜੀਦ ਜੈਸਾ ਸਾਬਰ ਹਸੈਣ ਜਾ। ਪੈਰਸ ਜਾ ਸ਼ਹਿਰ ਲਹਿਰ ਆਪਣੇ ਵਤਨ ਜੈਸੀ ਸੌਕਣਾ ਜਾ ਵੈਰ ਤੇ ਅੜੀਕਣਾ ਨਾ ਪੈਣ ਜਾ। ਮਿੱਠੀ ਸ਼ਹਿ ਗਰਜ ਜੈਸੀ ਬੁਰੀ ਸ਼ਹਿ ਕਰਜ ਜੈਸੀ ਚੱਲਣਾ ਹਰਜ ਤੇ ਮਹਾਰਾਜ ਤੇ ਕਤਾਪ ਜਾ। ਘੋੜਾ ਨਾ ਫਰਾਕ ਜੈਸਾ ਸਾਦਮਾ ਤਲਾਕ ਜੈਸਾ ਦੁੱਖ ਨਾ ਫਰਾਕ ਜੈਸਾ ਸੁੱਖ ਨਾ ਮਲਾਪ ਜਾ। ਭਾਰਾ ਕੱਦ ਫੀਲ ਜੈਸਾ ਸਖੀ ਨਾ ਖਲੀਲ ਜੈਸਾ ਨਾ ਗਲੀ ਜਪੀਲ ਜੈਸਾ ਮਾੜਾ ਕੰਮ ਪਾਪ ਜਾ। ਪਹਿਲਵਾਨ ਗਾਮੇ ਜੈਸਾ ਪਾਰ ਦਾ ਪਜਾਮੇ ਜੈਸਾ ਬਾਬੂ ਸਾਖ ਮਾਮੇ ਜੈਸਾ ਪਿਆਰ ਮਾਈ ਬਾਪ ਜਾ। ਬਹਿ ਜੋ ਸ਼ੋਰ ਪਾਉਣਾ ਮਾੜਾ ਲੈ ਜਲਾ ਬਣਾਉਣਾ ਮਾੜਾ ਮਿੱਠੜੀ ਜ਼ਬਾਨ ਰਾਗ ਵਧੀਆ ਅਲਾਪ ਦੀ। ਸੋਗ ਵਿੱਚ ਗਾਉਣਾ ਮਾੜਾ ਵੈਰ ਨੂੰ ਵਧਾਉਣਾ ਮਾੜਾ ਰੱਖਣਾ ਲਿਹਾਜ ਗੱਲ ਕਰਨੀ ਮਲਾਪ ਦੀ। ਮਾੜਿਆਂ ਨੂੰ ਢਾਉਣਾ ਮਾੜਾ ਦੁਖੀ ਨੂੰ ਦਿਖਾਉਣਾ ਮਾੜਾ ਦੂਏ ਦੀ ਸ਼ਰਮ ਨੂੰ ਸ਼ਰਮ ਜਾਣ ਆਪ ਦੀ। ਬਾਬੂ ਜੀ ਪੰਜਾਬੀ ਫੇਰ ਸਿੱਖ ਦਾ ਜਵਾਨਾ ਹੋਰ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ। ਬੈਂਗਲੋ ਬੰਗਾਲੀ ਬੋਲੇ ਪਾਸ਼ਤੋਂ ਪਠਾਨ ਬੋਲੇ ਆਪ ਦੀ ਜਵਾਨ ਮੈਂ ਕਿਤਾਬ ਲੋਕੀ ਛਾਪ ਦੀ। ਹਿੰਦੀ ਅਰਬੀ ਤੇ ਤੀਜੀ ਫਾਰਸੀ ਰਲਾ ਕੇ ਨਾਲ ਇਸ ਵਾਜਾ ਔਰ ਦੂ ਜਵਾਨ ਬਾਣੀ ਜਾਪ ਦੀ। ਚਲੀ ਜੀ ਬੋਲੀ ਛੱਡ ਚਲੇ ਗਏ ਬਲੈਤ ਗੋਰੇ ਚਲੀ ਵੀ ਜ਼ਹਿਰ ਤੈਨੂੰ ਆਗਰੇ ਜੀ ਸਾਪ ਦੀ। ਬਾਬੂ ਜੀ ਪੰਜਾਬੀ ਫੇਰ ਸਿੱਖ ਦਾ ਜਵਾਨਾ ਹੋਰ ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ। ਕੋਟ ਸੀ ਬਣਾਉਣਾ ਮੇਚਾ ਲੈਂਦਾ ਫੇਰ ਨਿਕਰਾਂ ਦਾ ਸਿਉਣੀ ਸਲਵਾਰ ਤੇ ਕਮੀਜ਼ ਮੀਜ ਫੇਰ ਨਾਪ ਦੀ। ਹੋਇਆ ਯਾਦ ਰੰਗ ਵੈਦ ਖੰਗ ਦੀ ਦਵਾਈ ਕਰੇ ਪੇਟ ਦੀ ਦਰਦ ਨੂੰ ਕਰੂ ਕੀ ਗੋਲੀ ਤਾਪ ਦੀ। ਮਾਦਰੀ ਜ਼ਬਾਨ ਛੱਡ ਗੈਰਾਂ ਦੇ ਮਗਰ ਲੱਗਾ ਇਦੋਂ ਵੱਧ ਬੇਵਕੂਫਾ ਕਿਹੜੀ ਗੱਲ
ਪਾਪ ਦੀ। ਬਾਬੂ ਜੀ ਪੰਜਾਬੀ ਵੀਰ ਸਿੱਖ ਦਾ ਜਵਾਨਾ ਹੋਰ, ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ। ਢੋਲ ਗੱਜ ਪਾਵੇ ਮਿੱਠੀ ਤੁਰੀ ਦੀ ਆਵਾਜ਼, ਹੁੰਦੀ ਰੇਲ ਚੀਕਾ ਮਾਰ ਦੀ ਡਰਾਉਣੀ ਵਾਜ ਪਾਪ ਦੀ। ਹੈਣ ਕੇ ਵਛੇਰਾ ਸ਼ੇਰ ਬੱਬਰ ਚੰਗਿਆੜੇ ਹੋਰੂ ਮੇਵਣੀ ਦੇ ਨਾਲ, ਵਾਜ ਰਲੇ ਨਾ ਗੜਾ ਪਦੀ। ਕੋਇਲ ਕੂ ਕੂ ਕਰੇ ਸਾਦਾ ਆਪਣੀ ਜਬਾਨ ਵਿੱਚ, ਬੋਲ ਬੋਲ ਆਪ ਦੀ ਜਬਾਨ ਕਰ ਲਾਪ ਦੀ। ਬਾਬੂ ਜੀ ਪੰਜਾਬੀ ਫੇਰ ਸਿੱਖ ਦਾ ਜਵਾਨਾ ਹੋਰ, ਵੀਰ ਜੀ ਪੰਜਾਬੀ ਬੋਲੀ ਤੇਰੇ ਮਾਂ ਤੇ ਬਾਪ ਦੀ। ਬਾਬੂ ਜੀ ਦੀ ਕਵਿਤਾ ਦਾ ਅਦਭੁਤ ਨਮੂਨਾ ਜੋ ਉਹਨਾਂ ਨੇ ਬੈਂਤ ਛੰਦਾਂ ਵਿੱਚ ਸਿਰਜਿਆ, ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕਰਨ ਲੱਗੇ ਹਾਂ। ਬਾਬੂ ਜੀ ਸ਼ਰ੍ਹਾਂ ਦੇ ਪਾਬੰਦ ਕੱਟੜ ਮੁਸਲਮਾਨ ਸਨ, ਭਾਵੇਂ ਉਹਨਾਂ ਦੀ ਮਜ਼੍ਹਬੀ ਬੋਲੀ ਉਰਦੂ ਔਰ ਫਾਰਸੀ ਬਣਦੀ ਹੈ, ਪਰ ਉਸ ਅਲਵੇਲੇ ਸ਼ਹਿਰ ਨੇ ਸਿੱਖ ਧਰਮ ਅਤੇ ਪੰਜਾਬੀ ਬੋਲੀ ਦੀ ਰੱਜ ਕੇ ਸੇਵਾ ਕੀਤੀ। ਜ਼ਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ ਗਿਣਤੀ ਦੇ ਬੈਤਾਂ ਰਾਹੀਂ ਜਥੇ ਵੱਲੋਂ ਇਉਂ ਬੇਨਤੀ ਕੀਤੀ ਜਾ ਰਹੀ ਹੈ। ਖੋਟੇ ਪੁਰਸ਼ ਜਹਾਨ ਤੇ ਜਾਣ ਲੈਣੇ, ਪੁਸ਼ਤ ਕੱਦ ਮੁਸ਼ਕੱਟੀਏ ਕੈਰ ਤਿੰਨੇ, ਪਸਤੌਲ ਬੰਦੂਖ ਤੀਜੀ ਦੱਬੋ ਲੇਬਲ ਵੀ ਕਰਨਗੇ ਫੈਰ ਤਿੰਨੇ, ਆਗਨਾ ਬੋਟ ਤੇ ਮੱਛ ਸਨ ਸਾਰ ਤੀਜਾ, ਸਿੱਧੇ ਜਾਣ ਸਮੁੰਦਰ ਕੋ ਤੈਰ ਤਿੰਨੇ, ਉੱਠ ਸਾਨ ਤੇ ਔਰ ਪਠਾਨ ਯਾਰੋ ਦਿਲੋਂ ਨਾਹੀਂ ਗਵਾਮ ਦੇ ਵੈਰ ਤਿੰਨੇ, ਨਾਵਾਂ ਆਸ਼ਕ ਗਦਾ ਤੇ ਗਾ ਵਾਲਾ ਠੀਕ ਭਾਲ ਦੇ ਸਿਖਰ ਦੁਪਹਿਰ ਤਿੰਨੇ, ਹੰਸ ਫੀਲ ਮਕਲਾਵੇ ਜੋ ਨਾਰਿਆਈ ਮੜਕ ਨਾਲ ਅਠਾਮ ਦੇ ਪੈਰ ਤਿੰਨੇ, ਸੇਠ ਵੇਸਵਾਓ ਰਕ ਲਰਕ ਬਾਬੂ ਵੇਲੇ ਸ਼ਾਮ ਦੇ ਕਰਨਗੇ ਸੈਰ ਤਿੰਨੇ, ਛਾਲ ਮਾਰ ਦਵਾਰ ਨੂੰ ਟੱਪ ਜਾਂਦੇ ਚੋਰ ਨਾਰ ਤੇ ਲੜਕਰੀ ਟੈਰ ਤਿੰਨੇ, ਨਾਚਾ ਨਾਕਲੀਆ ਔਰ ਗਮੰਤਰੀ ਵੀ ਜਿੱਥੇ ਖੜਨ ਲਗਾਮ ਦੇ ਲਹਿਰ ਤਿੰਨੇ, ਠੱਗ ਚੋਰ ਤੇ ਨਾਰ ਬਦਕਾਰ ਯਾਰੋ ਸਿਆਣੇ ਆਖਦੇ ਆਦਮੀ ਗੈਰ ਤਿੰਨੇ, ਝੂਠ ਬੋਲਦੇ ਬੋਲਦੇ ਸੱਚ ਥੋੜਾ ਠੇਕੇਦਾਰ ਵਕੀਲ ਤੇ ਸ਼ਹਿਰ ਤਿੰਨੇ, ਇੱਕ ਸਰਪ ਤੇ ਹੋਰ ਬੰਡਿਆਰ ਠੂਹਾ ਰਹਿਣਾ ਹਰ ਘੜੀ ਕੋਲ ਦੇ ਜ਼ਹਿਰ ਤਿੰਨੇ, ਜੂਏ ਬਾਜ ਤੇ ਟਮ ਟਮਾ ਵਾਉਣ ਵਾਲਾ ਆਤੇ ਵੇਸਵਾ ਸ਼ਰਮ ਬਗੈਰ ਤਿੰਨੇ, ਰਾਜ ਬਾਲੀ ਗਲਾਮ ਤੇ ਜੱਟ ਮਜਵੀ ਰੱਜੇ ਨਾਹੀਂ ਗਜਾਰ ਦੇ ਖੈਰ ਤਿੰਨੇ, ਰੱਜੇ ਨਾਹੀਂ ਗਜਾਰ ਦੇ ਖੈਰ ਤਿੰਨੇ, ਮੋਟਰ ਰੇਲ ਬੇੜਾ ਮੇਲਿਓ ਮੁੜਨ ਵਾਲੇ
ਰਾਮਾ ਹੋਮ ਦੇ ਮਾਰ ਕੇ ਚੀਕ ਚਾਰੇ ਹੰਸ ਮੋਰ ਚਕੋਰ ਕਬੂਤਰੀ ਦੀ ਸ਼ਕਲ ਮੰਦ ਪਰਿੰਦੇ ਹੈ ਠੀਕ ਚਾਰੇ ਜਵਾਈ ਸਹੁਰਿਆਂ ਦੇ ਭਾਈ ਭੈਣ ਕੋਲੇ ਦੋਤਾ ਲਾਡਲੀ ਧੀ ਲਾਉਂਦੇ ਲੀਕ ਚਾਰੇ ਅਗਵਾਹੀ ਗਾਲ ਧੀ ਦੀ ਤਾਨਾ ਸਾਕ ਛੁੱਟੇ ਫੱਟ ਮਿਲਣਾ ਨਾ ਕਿਆਮਤਾਂ ਤੀਕ ਚਾਰੇ ਵਿਆਹ ਗੱਭਰੂ ਚੋਰ ਮਜ਼ਦੂਰ ਝੋਟਾ ਦੇਣਾ ਛਿਪਣ ਦੀ ਕਾਰਨ ਆੜੀ ਕਚਾਰੇ ਇਹ ਤਾਂ ਵਿੱਚ ਅਜਾੜ ਆਨੰਦ ਰਹਿ ਕੇ ਡਾਕੂ ਭੂਤ ਨਾ ਕਵੀ ਭਜਨੀ ਕਚਾਰੇ ਭੇੜਾ ਕੁੱਟ ਤੇ ਧਾਨ ਕੇ ਓਡ ਚੰਗੜ ਇੱਕ ਜਗ੍ਹਾ ਨਾ ਰਹਿਣ ਬਸ ਨੀਕ ਚਾਰੇ ਰਾਜਾ ਬਾਲੀ ਰਸੂਲ ਦੇ ਯਾਰ ਪਿਆਰੇ ਆਲੀ ਉਮਰ ਅਸਮਾਨ ਸਦੀਕ ਚਾਰੇ ਆਲੀ ਉਮਰ ਅਸਮਾਨ ਸਦੀਕ ਚਾਰੇ ਛਾਇਆ ਸੰਗਣੀ ਸਾਰਾ ਦਾ ਜ਼ਰੂਰ ਦਿੰਦੇ ਪਿੱਪਲਾ ਨਿੰਮਾ ਸਰੀ ਤੇ ਬੋੜ ਚਾਰੇ ਦੁੱਖ ਦੇਰ ਨਾ ਚੱਲੀਏ ਪੈਰ ਨੰਗੇ ਕੰਡਾ ਠਿਕਰੀ ਕੱਚ ਤੇ ਰੋਡ ਚਾਰੇ ਪਿੱਛੇ ਲੱਗੀਆਂ ਲੈਣ ਬਿਮਾਰੀਆਂ ਨਾ ਦੱਦ ਖੰਗ ਅਧਰੰਗ ਤੇ ਕੋੜ ਚਾਰੇ ਬਸ ਪੂਤ ਸਪੂਤ ਸਾਰਾ ਬੰਟ ਚੇਲਾ ਨਾਹੀ ਕਰਨਾ ਜਬਾਨ ਸੇ ਮੋੜ ਚਾਰੇ ਜਾਤੀ ਸੂਰਮਾ ਔਰ ਲੈਕਚਰਾਰ ਫੱਕਰ ਠੀਕ ਰੱਖ ਦੇ ਧਰਮ ਦੀ ਲੋੜ ਚਾਰੇ ਵਕਤ ਪੁੱਤ ਮਾਂ ਪਿਓ ਨਾ ਥਿਉਣ ਮੁੜ ਕੇ ਵਕਤ ਪੁੱਤ ਮਾਂ ਪਿਓ ਨਾ ਥਿਉਣ ਮੁੜ ਕੇ ਭਾਵੇਂ ਖਰਚ ਦੇ ਪੌਂਡ ਕਰੋੜ ਚਾਰੇ ਦਿਲਾ ਦੁੱਧ ਤੇ ਕੱਚ ਸਮੇਤ ਪੱਥਰ ਕਾਦੇ ਜੁੜਨਾ ਨਾ ਫੇਰ ਲੱਗ ਜੋੜ ਚਾਰੇ ਸੱਸੂ ਹਿਰਨ ਜੈ ਕਾਲਾ ਸਮੇਤ ਲੂੰਬੜ ਕੁੱਤਾ ਵੇਖ ਕੇ ਜਾਨ ਸਿਰ ਤੋੜ ਚਾਰੇ ਇੱਕ ਵੇਲਣਾ ਜੋਕ ਤੇ ਪੌਰ ਮੱਖੀ ਪਾਰੇ ਰਾਸਾ ਨੂੰ ਲੈਣ ਨਚੋੜ ਚਾਰੇ ਜੁੱਤੀ ਚੋਗਲ ਅੰਗਰੇਜ ਬਾਦਾ ਕਾਰ ਤੀਵੀ ਦੇਣਾ ਯਾਰ ਸੇ ਯਾਰ ਵਛੋੜ ਚਾਰੇ ਥਾਣੇ ਦਾਰ ਮਟਿਆਰ ਚਕੋਰ ਹਾਥੀ ਜਦੋਂ ਤੁਰਨਾ ਤਾਂ ਕਾਰਨ ਮਰੋੜ ਚਾਰੇ ਰਾਜਾ ਬਾਲੀ ਕਵਿਤ ਤੇ ਬੈਂਤ ਦੂਰਾ ਲਾਵਾਂ ਛੰਦ ਮਕੰਦ ਮੈਂ ਜੋੜ ਚਾਰੇ ਲਾਵਾਂ ਛੰਦ ਮਕੰਦ ਮੈਂ ਜੋੜ ਚਾਰੇ ਗਾਊ ਛੱਤਰੀ ਕੰਨਿਆ ਮੱਲ ਸਾਧੂ ਕਾਲੂ ਕਾਲ ਮੇ ਛੋੜ ਗੇ ਜੱਤ ਪੰਜੇ ਧੰਦਾ ਦੁੱਧ ਬਦਾਮ ਤੇ ਮਾਸ ਆਂਡਾ ਆਹਾ ਥੋਕ ਬਦਾਮ ਦੇ ਰੱਤ ਪੰਜੇ ਠੱਗੀ ਚੋਰੀਆਂ ਚੁਗਲੀਆਂ ਝੂਠ ਜੂਆ ਓਏ ਲੋਕੋ ਝੂਠ ਜੂਆ
ਡੋਵਾ ਦੇਣ ਇਨਸਾਨ ਨੂੰ ਤਤ ਪੰਜੇ ਪੁੰਨਾ ਜਾਪ ਤੇ ਧਰਮ ਤੇ ਸੱਚ ਸੇਵਾ ਚੰਗੇ ਭਾਰ ਤਾਂ ਮਾਰ ਲੈ ਵੱਤ ਪੰਜੇ ਡਾਕੂ ਸੌਲ ਜਰ ਹਰਨ ਤੇ ਪੂੰਜ ਬੱਤਖ ਕਈ ਵਾਰ ਸੌਂਦੇ ਖੜੀ ਲੱਤ ਪੰਜੇ ਉਈ ਉਨਾ ਰੇਸ਼ਮਾਰ ਸਣ ਕਿਉੜਾ ਨਾਰਾ ਸਿਆਣੀਆਂ ਲੈਂਦੀਆਂ ਕੱਤ ਪੰਜੇ ਵੱਖੋ ਵੱਖਰੀ ਕਿਸਮ ਦੀ ਕਰਨ ਛਾਇਆ ਬਾਪ ਪੀਰ ਰੁਖ ਛਤਰੀ ਛੱਤ ਪੰਜੇ ਮੈਣਾ ਅਸਪਲ ਗੂੜ ਤੇ ਪੀਲ ਤੋਤਾ ਛੇਤੀ ਲੈਣ ਚਲਾਕ ਸਿੱਖ ਮਤ ਪੰਜੇ ਡਾਕ ਦਾਰ ਵਕੀਲ ਦਲਾਲ ਬਾਬੂ ਕਾਵੀ ਘਾਰੀ ਨਾ ਕਰ ਨਕ ਪਤ ਪੰਜੇ ਮੌਤ ਸੁਰਗ ਤੇ ਨਰਕ ਵੀ ਕਵਰ ਕਿਆਮਤ ਰਾਜਾ ਬਾਲੀ ਬਨਾਮ ਦੇ ਗੱਤ ਪੰਜੇ ਰਾਜਾ ਬਾਲੀ ਬਨਾਮ ਦੇ ਗੱਤ ਪੰਜੇ ਪੈਰੇ ਦਾਰ ਰੱਖਾ ਬਿੰਡਾ ਬਾਲ ਕੁੱਤਾ ਆਤੇ ਕਾਗਲਾ ਪਾਮ ਦੇ ਡੰਡ ਸ਼ੀਏ ਬਾਲ ਦੈਨ ਹਕੀਮ ਤੇ ਨਾਰ ਨੌਕਰ ਮਿੱਤਰ ਪੀਰ ਲੈਂਦੇ ਦੁੱਖ ਵੰਡ ਸ਼ੀਏ ਸ਼ੇਰ ਸੂਰਮਾ ਨਾਗ ਸਨ ਸਾਰ ਬਿੱਛੂ ਬਾਜ ਹਰਖ ਕੇ ਕਰਨ ਨਾ ਕੰਡ ਸ਼ੀਏ ਸੌਰੇ ਮੌਤ ਦਾ ਖੌਫ ਨਾ ਕਰਨ ਕੋਈ ਸੌਰੇ ਮੌਤ ਦਾ ਖੌਫ ਨਾ ਕਰਨ ਕੋਈ ਸਾਗੋਂ ਵੱਧ ਫਲਾਮ ਦੇ ਚੰਡ ਸ਼ੀਏ ਕਾਵੀ ਆਣ ਕੁਆਰੀ ਕੂੰਜ ਮਿਰਗ ਬੇੜਾ ਧੋਖਾ ਖਾਣ ਜੇ ਛੋੜ ਗੇ ਮੰਡ ਛੀਏ ਰਾਗੀ ਨਕਲੀਏ ਲੈਣ ਹਲਾਲ ਹੋ ਕੇ ਨਟ ਮੱਲ ਤੇ ਵੇਸ਼ਵਾ ਪੰਡ ਛੀਏ ਸ਼ੇਰੂ ਸ਼ੜਾ ਪਾੜਾ ਨਾਈ ਡੂਮ ਪਾਠੀ ਸ਼ੇਰੂ ਸ਼ੜਾ ਪਾੜਾ ਨਾਈ ਡੂਮ ਪਾਠੀ ਜਿਆਦਾ ਖਾਣ ਜਹਾਨ ਤੇ ਖੰਡ ਛੀਏ ਬਾਮਣਾ ਬਾਣੀਏ ਜੈਨੀ ਰਾਜਪੂਤ ਸਰਜਦ ਜਿਆਦਾ ਭਾਵੜੇ ਭੋਗ ਦੇ ਰੰਡ ਛੀਏ ਬਿੱਲਾ ਬਾਂਦਰੀ ਰੰਨ ਨਚਾਰ ਚਿੱਤਾ ਦੱਲਾ ਜਾਣ ਦੇ ਕਾਰਨ ਪਖੰਡ ਛੀਏ ਠਾਣਾ ਸਿੰਘ ਫਤਿਹ ਸਾਈ ਰਾਮ ਜਾਨਾ ਮਗਰ ਸਿੰਘ ਨਾ ਕਰ ਨਕ ਮੰਡ ਛੀਏ ਮਗਰ ਸਿੰਘ ਨਾ ਕਰ ਨਕ ਮੰਡ ਛੀਏ ਇੱਕ ਹੋਰ ਵੰਨਗੀ ਜਿਸ ਨੂੰ ਅਸੀਂ ਜ਼ਿੰਦਗੀ ਦਾ ਸੱਚ ਮੰਨਦੇ ਹਾਂ ਅਤੇ ਕਵੀ ਲੋਕਾਂ ਨੇ ਉਸ ਨੂੰ ਲੋਕ ਤੱਤਾਂ ਦਾ ਨਾਂ ਦਿੱਤਾ ਹੈ ਬਾਬੂ ਰਜਬ ਅਲੀ ਖਾਨ ਸਾਹੂਕਿਆਂ ਵਾਲਿਆਂ ਦੀ ਕਲਮ ਤੋਂ ਲਾਲਬਾਈ ਵਾਲੇ ਕਵੀਸ਼ਰੀ ਜੱਥੇ ਵੱਲੋਂ ਇਉਂ ਬੇਨਤੀ ਕੀਤੀ ਜਾ ਰਹੀ ਹੈ ਗੋਬਰ ਭੂੰਡ ਫਰੋਲ ਦੇ ਪਵਰ ਲੈਣ ਫੁੱਲ ਸੂੰਗ ਜੋਰੀ ਕਦਰ ਪਛਾਣ ਦੇ ਹੈ ਮਾਨਕ ਕੇ ਮੂੰਗ
ਜੋ ਗੁਰੂ ਕਾ ਦਾ ਰੱਖੇ ਜੋ ਫਾਰਕ ਚੇਲੇ ਤੋਂ ਕਾਸ ਦਾ ਸ਼ੌਕੀਨ ਨੱਕ ਵੱਟੇ ਮੇਲੇ ਤੋਂ ਕਾਸ ਦੀ ਕਵਾਰੀ ਚੱਲੇ ਪਾ ਕੇ ਨੀਵੀ ਨਾ ਆਇਆ ਹੋਰਾਂ ਵੱਲ ਚੱਕੇ ਜੋ ਅਸਲਾ ਤੀਵੀ ਨਾ ਆਇਆ ਉਹ ਕਾਦਾ ਪੈਂਚਾ ਮੰਦੇ ਕਰ ਮਾਤੋ ਰੋਕੇ ਨਾ ਕਾਸ ਦਾ ਸਪਾਹੀ ਜੋ ਕਾ ਸੁਨਾ ਠੋਕੇ ਨਾ ਕਾਦਾ ਸਾਧਾਰਨਾ ਸੇਲ ਹਾਜ ਪਾਰੇ ਜੀ ਮਸਾਲਾ ਮਾਨ ਕਾਦਾ ਜੋ ਬੇ ਆਜ ਖਾਰੇ ਜੀ ਉਹ ਕਾਸ ਦਾ ਕਰਾੜ ਸੌਦਾ ਘੱਟ ਤੁਲੇ ਨਾ ਜੱਟ ਕਾਦਾ ਮੂੰਹੋਂ ਜੇ ਅੜਬ ਬੋਲੇ ਨਾ ਕਾਦਾ ਸਣੇ ਯਾਰ ਖੋਟ ਪਾ ਦੇ ਮਾਂ ਦੇ ਨਾ ਆਇਆ ਸ਼ਕਾਰੀ ਕਾਦਾ ਲਾਵੇ ਜੋ ਨਿਸ਼ਾਨਾ ਕਾਦੇ ਨਾ ਆਇਆ ਉਹ ਕਾਸ ਦਾ ਵਕੀਲ ਨਾ ਛੜਾਵੇ ਬੱਜੇ ਜੀ ਸੂਰਮਾ ਕੀ ਜਿਹੜਾ ਪੈਂਦੀਆਂ ਚ ਭੱਜੇ ਜੀ ਥੋੜੇ ਗੱਪ ਮਾਰੇ ਜੋ ਦਲਾਲ ਕਾਸ ਦਾ ਆਇਆ ਬਾਮਣ ਕੀ ਖਾਜੇ ਜੋ ਪਤੀਲਾ ਮਾਸ ਦਾ ਆਇਆ ਉਹ ਕਾਦਾ ਡਾਕ ਟਰ ਨਾ ਅਤਾਰੇ ਸੋ ਜਾ ਜੇਗੇ ਛਾੜਾ ਕਾਦਾ ਖਾਵੇ ਨਾ ਛਿੱਤਾਰਾ ਰੋਜਾ ਜੇਗੇ ਕਾਦਾ ਚੋਰਾ ਵੀਰਾ ਨੂੰ ਆੜਿਆ ਨਾ ਠਾਣੇ ਜੀ ਕਾਸ ਦਾ ਮਸ਼ੂਕ ਰੁਸਣਾ ਨਾ ਜਾਣੇ ਜੀ ਉਹ ਕਾਦਾ ਬਾਗ ਜਿਸ ਚ ਖੰਜੂਰ ਰੁੱਖ ਨਾ ਕਾਦਾ ਮਿੱਤ ਭੀੜ ਚ ਵੰਡਾਵੇ ਦੁੱਖ ਨਾ ਮਲ ਕਾਦਾ ਜੱਤ ਜੇ ਲੰਗੋਟੇ ਵਿੱਚ ਨਾ ਆਇਆ ਪਿਆਰ ਕਾਦਾ ਦੇਲਾਂ ਨੂੰ ਦੇਲਾਂ ਦੀ ਖਿੱਚ ਨਾ ਆਇਆ ਉਹ ਦਾਰ ਜੀ ਕੀ ਲੀੜਾ ਕੱਟਣੇ ਦੀ ਜਾਚ ਨਾ ਵੇਸਵਾ ਨਾ ਲੈ ਕੇ ਜਿਹੜੀ ਜਾਣੇ ਨਾਚ ਨਾ ਕਾਦਾ ਸਖੀ ਆਣ ਕੇ ਸਵਾਲੀ ਖਾਲੀ ਗਏ ਕਾਦੇ ਪੁੱਤ ਬਾਪ ਦੀ ਜਾਇਦਾਦ ਗਾਲੀ ਗਏ ਉਹ ਚੇਲਾ ਕਾਦਾ ਮੱਥਾ ਜੋ ਗੁਰੂ ਨੂੰ ਟੇਕੇ ਨਾ ਬਹੂ ਕਾਦੀ ਸੱਸ ਦੇ ਜਬਾਰੇ ਸਿੱਕੇ ਨਾ ਕਿਸ ਕੰਮ ਬਾਬੂ ਜੋ ਸਵਾ ਦਾ ਮਿੱਠਾ ਨਾ ਆਇਆ ਸ਼ਹਿਰ ਕਾਦਾ ਜਿਸ ਨੇ ਛਪਾਇਆ ਚਿੱਠਾ ਨਾ ਹੁਣ ਗੱਲ ਕਰੀਏ ਨੂੰਹ ਤੇ ਸੱਸ ਦੇ ਝਗੜੇ ਦੀ ਇੱਕ ਦਿਨ ਪੰਜ ਛੇ ਬਿਰਧ ਜਨਾਨੀਆਂ ਗਈਆਂ ਮਕਾਨ ਇਹਨਾਂ ਨੂੰ ਉੱਥੇ ਮਿਲ ਗਈ ਵੇਲ ਇਹ ਅਨਪੜ੍ਹ ਬਿਰਧ ਜਨਾਨੀਆਂ ਆਪਣੀਆਂ ਪੜ੍ਹੀਆਂ ਲਿਖੀਆਂ ਨੋਹਾਂ ਤੋਂ ਦੁਖੀ ਹੋ ਕੇ ਇੱਕ ਦੂਜੀ ਕੋਲ ਜਿਵੇਂ ਆਪਣੀ ਦਿਲ ਦੀ ਭੜਾਸ ਕੱਢਦੀਆਂ ਹੋਈਆਂ ਆਪਣੀਆਂ ਨੋਹਾਂ ਬਾਰੇ ਗੱਲਾਂ ਕਰਦੀਆਂ ਨੇ ਸੂਬੇਦਾਰ ਹੰਸ ਸਿੰਘ ਬਰਾੜ ਮਾਣੀਖੇੜੇ ਵਾਲਿਆਂ ਦੀ ਕਲਮ ਤੋਂ ਇਉਂ ਬੇਨਤੀ ਕੀਤੀ ਜਾ ਰਹੀ ਹੈ ਉਹ ਤੇ ਸੱਸਦਾ ਪਿਆਰਣਾ ਸੋਲਾਂ ਆਨੇ ਠੀਕ ਬਹਿ ਕੇ ਸੱਸਾਂ ਨਿੰਦਦੀਆਂ ਹੈ ਨੋਹਾਂ ਦੇ ਤੀਕ ਉਹ ਇੱਕ ਪਿੰਡ ਬੈਠ ਸੱਥਰ ਤੇ ਜੁੜੀਆਂ ਅੱਠ ਨੌ ਬਿਰਦ ਉਮਰ ਦੀਆਂ ਬੁੜੀਆਂ ਪਹਿਲੀ ਕਹੇ ਕਮਾ ਕੇ ਆਨੇ ਭੈਣੋ ਆ ਗਏ ਨਵੇਂ ਜ਼ਮਾਨੇ ਚਿਤਨੀ ਕਰਦਾ ਬੋਲਣ ਨੂੰ ਚੰਦਰੇ ਘਰ ਦਾ ਸਾਖ ਕਰਾਤਾ ਮਾਰੂ ਸਬਰ ਬਚੋਲਣ ਨੂੰ ਨਾਸਤਾ ਸੁਬਾਦ ਪੈਰੇ ਖਾਣਾ ਦੋ ਤਿੰਨ ਵਾਰ ਬਦਲਦੀ ਬਾਣਾ ਆਇਆ
ਜੇਕਰ ਮੈਂ ਉਹਨੂੰ ਕੁਝ ਕਹਿੰਦੀ ਹਲਕੀ ਗਿੱਦੜੀ ਵਾਂਗੂ ਪੈਂਦੀ ਖੜੀ ਜਮਾਵੇ ਤੜੀਆਂ ਨੂੰ ਅਨਪੜ ਸੱਸਾਂ ਨਿੰਦਣ ਨੋਹਾਂ ਲਿਖੀਆਂ ਪੜੀਆਂ ਨੂੰ ਉਹ ਕਹਿੰਦੀ ਦੂਜੀ ਸੱਸ ਸਿਆਣੀ ਮੇਰੀ ਨੂੰ ਇੱਕ ਅੱਖੋਂ ਕਾਣੀ ਊ ਤਾਂ ਰਹਿੰਦੀ ਐ ਬਣ ਠਣ ਕੇ ਗਲ ਵਿੱਚ ਭੈਣ ਸੁਨਹਿਰੀ ਮਣ ਕੇ ਕਾਲੀ ਐਨਕ ਲਾਉਂਦੀ ਐ ਜੇ ਮੈਂ ਕੰਮ ਕਰਨ ਨੂੰ ਆਖਾਂ ਅੱਗੋਂ ਚਿੜਾਂ ਪਨਾਉਂਦੀ ਆ ਚਾਹ ਨਾਲ ਖਾ ਕੇ ਉਬਲੇ ਆਂਡੇ ਡਾਲੇ ਕੁਰਸੀ ਵਿੱਚ ਬਰਾਂਡੇ ਸਾਰਾ ਦਿਨ ਪੜਦੀ ਅਖਬਾਰ ਵਜਗੀ ਬੜੀ ਕਸੂਤੀ ਮਾਰ ਮੁੜ ਮੁੜ ਵੇਖੇ ਘੜੀਆਂ ਨੂੰ ਅਨਪੜ ਸੱਸਾਂ ਨਿੰਦਣ ਨੋਹਾਂ ਲਿਖੀਆਂ ਪੜੀਆਂ ਨੂੰ ਉਹ ਤੀਜੀ ਸੱਸ ਸ਼ਿਕਾਇਤਾਂ ਲਾਵੇ ਮੇਰੀ ਨੂੰ ਬਾਲਾ ਕੁਝ ਖਾਵੇ ਰੱਖਦੀ ਮੈਂ ਲੇਖਾ ਪਲ ਪਲ ਦਾ ਉਹਦਾ ਮੂੰਹ ਚਲਦੇ ਦਾ ਚਲਦਾ ਦੰਦ ਪਦਾਰਥ ਡੁੰਗਦੇ ਆ ਪਤਾ ਨਹੀਂ ਕਿ ਉਹਨੂੰ ਕੁੜੇ ਕਤੂਰੇ ਚੁੰਗਦੇ ਆ ਕੱਚੀ ਛੱਬੀ ਫੁਲਕੇ ਪਤਲੇ ਡੋਂਗਾ ਖੁਸ਼ਕ ਮੀਟ ਦਾ ਕਤਲੇ ਖਾਂਦੀ ਫੁੱਲ ਪਲੇਟ ਸਲਾਦ ਲੈਂਦੀ ਖਾ ਖਾ ਬੜਾ ਸਵਾਦ ਅੰਮ੍ਰਿਤ ਸਰਦੀਆਂ ਬੜੀਆਂ ਨੂੰ ਅਨਪੜ ਸੱਸਾਂ ਨਿੰਦਣ ਨੋਹਾਂ ਲਿਖੀਆਂ ਪੜੀਆਂ ਨੂੰ ਉਹ ਚੌਥੀ ਕਹੇ ਸੁਣੋ ਗੱਲ ਅੜਿਆ ਮੇਰਾ ਪੁੱਤ ਅੰਗਰੇਜ਼ੀ ਪੜਿਆ ਉਹਨੂੰ ਨੋਹਾ ਜਦੋਂ ਬੁਲਾਉਂਦੀ ਮੈਨੂੰ ਸਮਝ ਜਵਾਨੀ ਆਉਂਦੀ ਗਿਟ ਮਿਟ ਕਰਦੇ ਰਹਿੰਦੇ ਆ ਮੈਨੂੰ ਮੇਰੇ ਮੂੰਹ ਤੇ ਨਿੰਦਣ ਲੱਗਦਾ ਸ਼ੱਕ ਜੇ ਪੈਂਦੇ ਆ ਜੇ ਮੈਂ ਪੁੱਛਾਂ ਤਾਂ ਉਹ ਬਤਲਾਵੇ ਮਾਂ ਜੀ ਤੈਨੂੰ ਸਮਝ ਨਾ ਆਵੇ ਇਹ ਅੰਗਰੇਜ਼ਾਂ ਦੀ ਬੋਲੀ ਤੂੰ ਕੀ ਜਾਣੇ ਅਨਪੜ ਭੋਲੀ ਸਾਨੂੰ ਪੜ ਕੇ ਕੜੀਆਂ ਨੂੰ ਅਨਪੜ ਸੱਸਾਂ ਨਿੰਦਣ ਨੂੰ ਲਿਖੀਆਂ ਪੜੀਆਂ ਨੂੰ ਉਹ ਪੰਜਵੀਂ ਸੱਸ ਦੀ ਨੂੰ ਮਟਿਆਰ ਉਹਦਾ ਦੋ ਮਨ ਪੱਕਾ ਭਾਰ ਪਹਿਨੇ ਬੂਟ ਜਰਾਬਾਂ ਭਾਰੇ ਕੱਢਦੀ ਡੰਡ ਬੈਠਕਾਂ ਮਾਰੇ ਵਰਜਸ ਕਰੇ ਹਿਸਾਬ ਦੀ ਕਹਿੰਦੀ ਜਿੱਤ ਕੇ ਲਿਆਉ ਇੱਕ ਦਿਨ ਗੁਰਜ ਪੰਜਾਬ ਦੀ ਘਰ ਵਿੱਚ ਬੂਰੀ ਮੱਝ ਲਵੇਰੀ ਪੀਜੇ ਕੱਚਾ ਦੁੱਧ ਪਸੇਰੀ ਕੱਚੀ ਮੱਖਣੀ ਸ਼ਕੇ ਬਥੇਰੀ ਵਿਚਰ ਲਾ ਕੇ ਕੜੀਆਂ ਨੂੰ ਅਨਪੜ ਸੱਸਾਂ ਨਿੰਦਣ ਨੋਹਾਂ ਲਿਖੀਆਂ ਪੜੀਆਂ ਨੂੰ ਉਹ ਛੇਵੀਂ ਸੱਸ ਦੀ ਬਹੂ ਕਲਰਕ ਉਹਨੂੰ ਗੀਤ ਗਾਉਣ ਦਾ ਠਰਕ ਆਉਂਦੀ ਜਦੋਂ ਦਫ਼ਤਰੋਂ ਮੁੜ ਕੇ ਬਹਿ ਜੇ ਨਾਲ ਹਰਮਣੀ ਜੁੜ ਕੇ ਵਾਜਾ ਖੂਬ ਵਜਾਉਂਦੀ ਆ ਉਹਦੀ ਹੇਕ ਅਮਰੀਕਨ ਗਾਂ ਜਿਉਂ ਕੱਟੇ ਵਾਂਗ ਅੜਾਉਂਦੀ ਆ ਕਹਿੰਦੀ ਜਾਗ ਪੁਸਤਾ ਨਸੀਬਾ ਬਣ ਕੇ ਰਹੂ ਨਰਿੰਦਰ ਬੀਬਾ ਆਇਆ ਸੁਰਿੰਦਰ ਕੌਰ ਹੈ ਕੌਣ ਵਿਚਾਰੀ ਅੱਗੇ ਲੰਘ ਜੂ ਮਾਰ ਅਡਾਰੀ ਛੋੜ ਪਛਾਹਾਂ ਖੜੀਆਂ ਨੂੰ ਅਨਪੜ ਸੱਸਾਂ ਨਿੰਦਣ ਨੋਹਾਂ ਲਿਖੀਆਂ ਪੜੀਆਂ ਨੂੰ ਉਹ ਜਦ ਤੋਂ ਮਾਲਕ ਦੁਨੀਆਂ ਸਾਜੀ ਨੂੰ ਤੇ ਸੱਸਦੀ ਰਹੇ ਨਾਰਾਜੀ ਦੋਵੇਂ ਇੱਕ ਦੂਜੀ ਨੂੰ ਭੰਡਣ ਛੱਜ ਚ ਪਾ ਕੇ ਚੰਗੂ ਛੰਡਣ ਉੱਪਰੋਂ ਮਿੱਠੀਆਂ ਮਾਰਦੀਆਂ ਨੂੰ ਚੋ ਆਉਂਦੀਆਂ ਨਹੀਂ ਆਵਾਜ਼ਾਂ ਬੇਟੀ ਵਾਲੀ ਤਾਰਦੀਆਂ ਰਜ ਬਲੀ ਖਾਨ ਸਖਾ ਗੇ ਜੁਗਤਾਂ ਹਾਰ ਭਰੋ ਤੇ ਮੋਤੀ ਚੁਗਤਾਂ ਆਇਆ ਹੰਸ ਬਰਾੜ ਕਵੀ ਸ਼ਰ ਲਈਆ ਉਹਦਾ ਸ਼ਸ਼ਹਰ ਦੇਵ ਗਵਈਆ ਬਰੇ ਲਗਾ ਕੇ ਝੜੀਆਂ ਨੂੰ ਅਨਪੜ ਸੱਸਾਂ ਨਿੰਦਣ ਨੋਹਾਂ ਲਿਖੀਆਂ ਪੜੀਆਂ ਨੂੰ ਸ਼ਰਤ ਲਾਉਣ ਦੀ ਆਦਤ ਬੜੀ ਮਾੜੀ ਹੈ ਪਹਿਲੀ ਗੱਲ ਤਾਂ ਸ਼ਰਤ ਲਾਉਣੀ ਨਹੀਂ ਚਾਹੀਦੀ ਜੇਕਰ ਨਾ ਹੀ ਸਰੇ
ਤਾਂ ਫਿਰ ਇੱਕ ਗੱਲ ਹਮੇਸ਼ਾ ਯਾਦ ਰੱਖੋ, ਕਦੇ ਵੀ ਮਰਾਸੀ ਨਾਲ ਸ਼ਰਤ ਨਾ ਲਾਇਓ, ਕਿਉਂਕਿ ਇਸ ਨੂੰ ਹਰਾਉਣਾ ਬੜਾ ਮੁਸ਼ਕਲ ਕੰਮ ਹੈ। ਇੱਕ ਦਿਨ ਸੰਧਾਂ ਵਾਲੀ ਇਹ ਸਰਦਾਰ ਅਜੀਤ ਸਿੰਘ ਹੋਰੀ ਬੈਠੇ ਗੱਲਾਂ ਕਰੀ ਜਾਣ, ਬਈ ਆਪਣੇ ਮਹਾਰਾਜੇ ਰਣਜੀਤ ਸਿੰਘ ਦਾ ਬੜਾ ਰੋਹਬ ਹੈ, ਇਸ ਨੂੰ ਕੋਈ ਮੂੰਹ ਤੇ ਕਾਣਾ ਨਹੀਂ ਕਹਿ ਸਕਦਾ। ਅਚਾਨਕ ਉੱਥੇ ਸ਼ਾਹੀ ਨੌਕਰ ਦਾਦਾ ਆ ਗਿਆ, ਕਹਿਣ ਲੱਗਾ ਪ੍ਰਭੂ ਕੀ ਗੱਲਾਂ ਕਰਦੇ ਹੋ? ਤਾਂ ਅਜੀਤ ਸਿੰਘ ਕਹਿਣ ਲੱਗਾ, ਦਾਦਾ ਸਾਡੇ ਸਰਦਾਰ ਨੂੰ ਕੋਈ ਮੂੰਹ ਤੇ ਕਾਣਾ ਨਹੀਂ ਕਹਿ ਸਕਦਾ। ਮਰਾਸੀ ਕਹਿਣ ਲੱਗਾ, ਬਈ ਜੇ ਮੈਂ ਕਹਿ ਦਿਆਂ ਫੇਰ? ਸੰਧਾਂ ਵਾਲੀ ਇਹ ਕਹਿੰਦੇ, ਚੰਗਾ ਲਾ ਸ਼ਰਤ ਲੱਗ ਗਈ ਹੈ, ਸ਼ਰਤ ਇੱਕ ਵਾਰ ਕਾਣਾ ਕਹਿਣ ਦੀ ਇੱਕ ਮੋਹਰ। ਇਹ ਕਹਿੰਦਾ ਅੱਜ ਤੋਂ 15 ਦਿਨਾਂ ਬਾਅਦ ਮਹਾਰਾਜੇ ਨੂੰ ਯਾਦ ਕਰਵਾ ਦਿਓ ਬਈ ਆਪਣਾ ਦਾਦਾ ਡਿਊਟੀ ਤੋਂ ਗੈਰ ਹਾਜ਼ਰ ਹੈ। 15 ਦਿਨਾਂ ਬਾਅਦ ਸੰਧਾਂ ਵਾਲੀਆਂ ਦੇ ਕਹਿਣ ਤੇ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਮਹਾਰਾਜਾ ਕਹਿਣ ਲੱਗੇ, ਬਈ ਦਾਦਾ ਕੀ ਗੱਲ ਹੈ, ਤੂੰ ਡਿਊਟੀ ਤੇ ਕਿਉਂ ਨਹੀਂ ਆ ਰਿਹਾ? ਕਹਿੰਦਾ ਜੀ ਬਸ ਕੁਛ ਨਾ ਪੁੱਛੋ, ਮੈਂ ਤਾਂ ਮਾਰਿਆ ਗਿਆ ਭੰਗ ਦੇ ਪਹਾੜੇ। ਮਹਾਰਾਜਾ ਕਹਿਣ ਲੱਗੇ, ਓਏ ਦਾਦਾ ਅਸਲ ਗੱਲ ਤਾਂ ਦੱਸ ਕੀ ਹੈ? ਤਾਂ ਇਹ ਰੋਣ ਹਾਕਾ ਜਿਹਾ ਮੂੰਹ ਬਣਾ ਕੇ ਕਹਿਣ ਲੱਗਾ, ਜੀ ਮੈਂ ਚਲਾ ਗਿਆ ਤੁਹਾਡੇ ਸਹੁਰੀ ਬਟਾਲੇ, ਉੱਥੋਂ ਵਾਪਸ ਮੁੜਦਿਆਂ ਤੁਹਾਡੀ ਸਭ ਤੋਂ ਛੋਟੀ ਸਾਲੀ ਨੇ ਇੱਕ ਸੁਨੇਹਾ ਦਿੱਤਾ ਤੁਹਾਨੂੰ, ਕਹਿੰਦੀ ਇਵੇਂ ਜਿਵੇਂ ਜਾ ਕੇ ਮੇਰੇ ਜੀਜੇ ਨੂੰ ਸੁਨੇਹਾ ਦੇਵੀ। ਪ੍ਰਭੂ ਜੇ ਤਾਂ ਮੈਂ ਉਵੇਂ ਸੁਨੇਹਾ ਦਿੰਦਾ ਤਾਂ ਤੁਸੀਂ ਮਾਰ ਦੇ, ਤੇ ਜੇ ਸੁਨੇਹਾ ਨਹੀਂ ਦਿੰਦਾ ਤਾਂ ਤੁਹਾਡੀ ਸਾਲੀ ਮਾਰਦੀ, ਦੱਸੋ ਮੈਂ ਕਿਹੜੇ ਪਾਸੇ ਜਾਵਾਂ? ਬਾਦਸ਼ਾਹ ਸਾਲੀ ਦਾ ਨਾਂ ਸੁਣ ਕੇ ਥੋੜਾ ਸਰੂਰ ਚ ਆ ਗਿਆ, ਕਹਿੰਦਾ ਦਾਦਾ ਤੈਨੂੰ ਮੈਂ ਕੁਝ ਨਹੀਂ ਕਹਿੰਦਾ, ਤੂੰ ਛੇਤੀ ਸੁਨੇਹਾ ਦੱਸ। ਹੁਣ ਸੰਧਾਂ ਵਾਲੀਆਂ ਨੂੰ ਮਾਰ ਕੇ ਪਿੱਛੋਂ ਦੀ ਹੱਥ। ਮਰਾਸੀ ਕਹਿਣ ਲੱਗਾ, ਇੱਕ ਮੋਰ ਨਹੀਂ, ਥੈਲੀ ਦਾ ਮੂੰਹ ਖੋਲ ਲੋ। ਮਰਾਸੀ ਜਿਵੇਂ ਮਹਾਰਾਜੇ ਨੂੰ ਉਸਦੀ ਸਾਲੀ ਦਾ ਸੁਨੇਹਾ ਸੁਣਾਉਂਦਾ ਹੈ, ਸੂਬੇਦਾਰ ਹੰਸ ਸਿੰਘ ਬਰਾੜ ਮਾਣੀ ਖੇੜੇ ਵਾਲਿਆਂ ਦੀ ਕਲਮ ਤੋਂ ਹਰਦੇਵ ਕਵੀਸ਼ਰ ਦੇ ਜੱਥੇ ਵੱਲੋਂ ਇਉਂ ਬੇਨਤੀ ਕੀਤੀ ਜਾ ਰਹੀ ਹੈ। ਮਹਾਰਾਜ ਰਣਜੀਤ ਨੂੰ ਮੀਆਂ ਕਰੇ ਜਵਾਬ, ਮੈਂ ਸੀ ਸਹੁਰੇ ਤੁਸਾਂ ਦੇ ਵੇਖਣ ਗਿਆ ਜਨਾਬ। ਉਹ ਕਹੇ ਮਰਾਸੀ ਸੁਣੀ ਪਪਾਲਾ, ਮੇਰੀ ਜਿੰਦ ਦਾ ਤੂੰ ਰਖਵਾਲਾ, ਮੈਂ ਸੀ ਵੇਖਣ ਗਿਆ ਬਟਾਲਾ ਸ਼ਹਿਰ ਤੁਸਾਂ ਦੇ ਸਹੁਰਿਆਂ ਦਾ, ਦਗ ਦਗ ਕਰਦੇ ਪਵਨ ਸੁਨਹਿਰੀ ਅੰਤ ਨੀ ਆਉਂਦਾ ਨੋਹਰਿਆਂ ਦਾ। ਜਿਹੜੀ ਸਦਾ ਕੌਰ ਪਟਰਾਣੀ ਥੋਡੀ ਸੱਸ ਹੈ ਸੁਗੜ ਸਿਆਣੀ, ਰਾਣੀ ਝਾਂਸੀ ਵਰਗੀ ਜਾਣੀ ਉਹ ਤੋਂ ਘੱਟ ਸਸੂਬ ਨਹੀਂ, ਅੰਗਰੇਜ਼ਾਂ ਦੀ ਮਲਕਾ ਦਾ ਉਸ ਵਰਗਾ ਰੋਬ ਨਹੀਂ। ਉਦੋਂ ਸੀ ਟਲ ਗਈਆਂ ਦੁਪਹਿਰਾਂ ਮੰਗੀਆਂ ਪਹੁੰਚ ਜਦੋਂ ਮੈਂ ਖੈਰਾਂ, ਰਾਣੀ ਚੜੀ ਕਰਨ ਨੂੰ ਸੈਰਾਂ ਆਪਣੇ ਬਾਗ ਅਸ਼ਾਂਤ ਦੀਆਂ, ਉਹਦੇ ਨਾਲ ਸੀ ਪੰਜ ਛੀ ਕੁੜੀਆਂ ਜੋਵਣ ਵੰਤ ਅਫਾਤ ਦੀਆਂ, ਉਹਨਾਂ ਵਿੱਚ ਸੀ ਇੱਕ ਮਤਵਾਲੀ ਮੁਸ਼ਕੀ ਰੰਗ ਨਾ ਗੋਰੀ ਕਾਲੀ, ਥੋਡੀ ਸਭ ਤੋਂ ਛੋਟੀ ਸਾਲੀ ਚਤਰ ਚਲਾਕ ਸਭਾ ਦੀ ਆਇਆ, ਕਹਿੰਦੀ ਆ ਕਾਣੇ ਦਿਆ ਦਾਦਿਆ ਉਹ ਮਸਕਾ ਕੇ ਆਦੀ ਆਇਆ। ਉਹ ਕਿਹੜੇ ਹਾਲ ਚ ਮੇਰੀ ਭੈਣ ਵਸਦਾ ਬਾਕੀ ਕਿਵੇਂ ਮਹਿਣਾ, ਜਿਹੜੇ ਰੰਗ ਚ ਭਾਣ ਜੇ ਰਹਿਣਾ ਖੋਲ ਖਲਾਸਾ ਲਾਣੇ ਦਾ, ਮਗਰੋਂ ਦੱਸਦੀ ਹਾਲ ਮੁਫਸਲ ਮੇਰੇ ਜੀਜੇ ਕਾਣੇ ਦਾ। ਮੈਂ ਗੱਲ ਟੋਕੀ ਤੂੰ ਸੁਣ ਬੀਬਾ, ਹੋਰ ਨਾ ਬੋਲੀ ਬਸ ਕਰ ਜੀਬਾ, ਮੇਰੇ ਸ਼ਾਹ ਦਾ ਉੱਚਾ ਨਸੀਬਾ ਨਿੰਦਨਾ ਪਰ ਜਾ ਪਾਲਕ ਨੂੰ,
ਕਾਣਾ ਕਾਣਾ ਆਖੇ ਪੰਜ ਨਦੀਆਂ ਦੇ ਮਾਲਕ ਨੂੰ ਉਹ ਕਹਿੰਦੀ ਬੋਲਣ ਲੰਡਿਆ ਮੀਰਾ ਉਹ ਹੈ ਕਾਣਾ ਤੇ ਤੂੰ ਟੀਰਾ ਮੈਂ ਹਾਂ ਰਾਣੀ ਦੀ ਹਮਸ਼ੀਰਾ ਜੋ ਚਿੱਤ ਚਾਹੇ ਭਾਖੂਗੀ ਉਹ ਹੈ ਜੀਜਾ ਤੇ ਮੈਂ ਸਾਰੀ ਕਾਣਾ ਕਾਣਾ ਆਖੂਗੀ ਵਿੱਚ ਦੀ ਕੁਦਸ ਦਾ ਕੁਰ ਪੈਗੀ ਚੁੱਪ ਚੜੇਲੇ ਧੀ ਨੂੰ ਕਹਿਗੀ ਉੱਚੀ ਸ਼ਾਨ ਜਗਤ ਵਿੱਚ ਹੈਗੀ ਮੇਰੇ ਸ਼ੇਰ ਜਵਾਈ ਦੀ ਕਾਣਾ ਕਾਣਾ ਕਹਿ ਕੇ ਐਨੀ ਸ਼ਾਨ ਘਟਾਈ ਦੀ ਮੈਨੂੰ ਤੂੰ ਨਾ ਮਾਂ ਸਮਝਾਣਾ ਮੈਂ ਤਾਂ ਆਖੂ ਕਾਣਾ 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 ਜੀਜਾ ਹੈ ਮਨ ਭਾਣਾ ਤਾਂ ਹੀ ਕਾਣਾ ਕਹਿੰਨੀ ਆ ਕਾਣਾ ਆਖਿਆ ਲੱਜਤ ਆਵੇ ਨੀ ਮੈਂ ਲੱਜਤ ਲੈਨੀ ਆ ਸੁਣ ਵੇ ਮੀਰਾ ਪੀਰਾ ਮਾਰਿਆ ਮੇਰਾ ਸਮਝ ਸੰਦੇਸ਼ ਅਚਾਰਿਆ ਆਇਆ ਕੱਲ ਤੂੰ ਜਦੋਂ ਲਾਹੌਰ ਪਧਾਰਿਆ ਸਿੱਧਾ ਕਿਲੇ ਚ ਜਾਵੀ ਤੂੰ ਓਯੋ ਮੇਰਾ ਅਤਿ ਜ਼ਰੂਰੀ ਮੈਸੇਜ ਕਾਣੇ ਦੇ ਕੰਨ ਪਾਵੀ ਤੂੰ ਓਯੋ ਉਹ ਸਾਨੂੰ ਮਿਲਣ ਬਟਾਲੇ ਆਵੇ ਗੱਲ ਨਾ ਜਮਾ ਘੋਲ ਵਿੱਚ ਪਾਵੇਂਗੇ ਐਰਾ ਪਤ ਤੇ ਚਾੜ ਲਿਆਵੇ ਸਾਰੇ ਘਰਦਿਆਂ ਜੀਆਂ ਨੂੰ ਸਾਡੇ ਨਾਲ ਗਿੱਧੇ ਵਿੱਚ ਨੱਚੇ ਬੀਂਬੜ ਕਾਣਾ ਤੀਆਂ ਨੂੰ ਕਾਣਾ ਆਖ ਮੈਂ ਕਰੀ ਠਠੋਲੀ ਵਾਰੀ ਮੈਂ ਜੀਜੇ ਤੋਂ ਭੋਲੀ ਤੂੰ ਨਾ ਬਦਲੀ ਮੇਰੀ ਬੋਲੀ ਕਾਣਾ ਆਖੀ ਕਾਣੇ ਨੂੰ ਜੋ ਮੈਂ ਆਖਿਆ ਦਈ ਸੁਨੇਹਾ ਕਾਣੇ ਜੀਜੇ ਰਾਣੇ ਨੂੰ ਉਹ ਮੇਰੀਆਂ ਮਾਫ ਕਰਿਓ ਤਕਸੀਰਾਂ ਦੇ ਗਿਆ ਕਈ ਇੱਕ ਗਲਤ ਨਜ਼ੀਰਾਂ ਰਲ ਕੇ ਸਦਾ ਨੀ ਗਾਉਣਾ ਵੀਰਾਂ ਰਾਜ ਸੁਖੇ ਹਰ ਦੇਵੇ ਨੇ ਰਜਵਲੀ ਖਾਨ ਹੰਸ ਨੂੰ ਦੱਸ ਗਏ ਕਿਸ ਵਿਦ ਜੜ ਨੇ ਥੇਵੇ ਨੇ ਸੰਧਾ ਵਾਲੀਓ ਨੇੜੇ ਆਇਓ ਥੈਲੀ ਮੋਹਰਾਂ ਦੀ ਪਕੜਾਇਓ ਭੁੱਲ ਕੇ ਫੇਰ ਸ਼ਰਤ ਨਾ ਲਾਇਓ ਨਾਲ ਮਰਾਸੀ ਚਤਰਾਂ ਦੇ ਵਸਦੇ ਰਹੋ ਸਦਾ ਸੁਖ ਮਾਣੋ ਹੇਠਾਂ ਰਹਿ ਕੇ ਛਤਰਾਂ ਦੇ ਅੱਜ ਕੱਲ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਹਰੇਕ ਬੰਦਾ ਦੁਖੀ ਹੈ ਭ੍ਰਿਸ਼ਟਾਚਾਰ ਦਾ ਬੋਲਬਾਲਾ ਸਿਖਰਾਂ ਤੇ ਹੈ ਰਿਸ਼ਵਤ ਲੈਣ ਵਾਲਾ ਵੀ ਦੁਖੀ ਤੇ ਰੱਜ ਕੇ ਕੰਮ ਕਰਨ ਵਾਲਾ ਵੀ ਦੁਖੀ ਵਿਚਾਰ ਨਾਲ ਜ਼ਿੰਦਗੀ ਜਿਉਣ ਤੋਂ ਸੱਖਣੇ ਬੇਲੋੜੇ ਘਰ ਦੇ ਵਧਾਏ ਖਰਚਿਆਂ ਦੀ ਮਾਰ ਨਾ ਸਹਾਰਦੇ ਹੋਏ ਲੋਕ ਜਿਵੇਂ ਮਰਗੇ ਕਰੀ ਜਾ ਰਹੇ ਹਨ ਬਾਬੂ ਜੀ ਦੇ ਬਲਿਹਾਰ ਅਪਾਸ਼ਕ ਸੁਖਮੰਦਰ ਸਿੰਘ ਹਮਦਰਦ ਸਾਹੋ ਵਾਲਿਆਂ ਦੀ ਕਲਮ ਤੋਂ ਅੱਜ ਦੇ ਵਾਤਾਵਰਨ ਦੀ ਦਾਸਤਾਨ ਇਉਂ ਬਿਆਨ ਕੀਤੀ ਜਾ ਰਹੀ ਹੈ ਇੱਕ ਸਦੀ ਦੇ ਸਮੇਂ ਵਿੱਚ ਬਦਲ ਗਿਆ ਸੰਸਾਰ ਨਵੇਂ ਪਟੋਲੇ ਗੁੱਡੀਆਂ ਬਦਲੇ ਕਾਰ ਵਿਹਾਰ ਉਹ ਸੁਣ ਲੋ ਨਵਾਂ ਸੁਣਾਈਏ ਛੰਦ ਜੀ ਕਰ ਲੋ ਰੌਲਾ ਬਿਲਕੁਲ ਬੰਦ ਜੀ ਤੁਹਾਨੂੰ ਆਊ ਬੜਾ ਆਨੰਦ ਜੀ ਜੇ ਸੁਣ ਲੋ ਚੁੱਪ ਕਰਕੇ ਜੀ ਦੱਸਦੇ ਖਰੀਆਂ ਗੱਲਾਂ ਸੱਚੇ ਰੱਬ ਤੋਂ ਡਰ ਕੇ ਜੀ ਲੋਕੋ ਆਏ ਜਮਾਨੇ ਕੈਸੇ ਹਰ ਕੋਈ ਕਰਦਾ ਪੈਸੇ ਕਰਦਾ ਨਾ ਕੋਈ ਅਜਮੈਸ਼ ਆਪਣੇ ਅਤੇ ਬਗਾਨੇ ਦੀ ਹਰ ਕੋਈ ਮਰਗੇ ਕਰਦਾ ਕੈਸੀ ਚਾਲ ਜਮਾਨੇ ਦੀ ਲਿਆ ਮੈਂ ਸ਼ੇੜ ਮਿਸਤਰੀ ਭਾਈ ਕਾਤੋਂ ਕਹਿੰਦਾ ਕਰੇ ਪਕਾਈ ਲਿਆ ਮੈਂ ਸ਼ੇੜ ਮਿਸਤਰੀ ਭਾਈ ਕਹਿੰਦਾ ਕਾਤੋਂ ਕਰੇ ਪਕਾਈ ਸਾਡੇ ਪੱਲੇ ਪੇਟ ਚਟਾਈ ਕਾਦਾ ਕੰਮ ਅਸਾਰੀ ਦਾ ਪੱਲੇ ਕੱਖ ਨੀ ਪੈਂਦਾ ਮਗਜ ਇੱਟਾਂ ਨਾਲ ਮਾਰੀ ਦਾ ਦਿਹਾੜੀ ਹੈ 150 ਲੈਂਦਾ ਘੰਟੇ
ਡੋ ਦੁਪਹਿਰੇ ਪੈਂਦਾ ਆ ਅਧੀਆ ਆਥਣ ਨੂੰ ਪੀ ਲੈਂਦਾ ਪਰੇ ਨਾ ਨੀਤ ਨਮਾਣੇ ਦੀ ਹਰ ਕੋਈ ਮਰਗੇ ਕਰਦਾ ਕੈਸੀ ਚਾਲ ਜਮਾਨੇ ਦੀ ਜਿਹੜਾ ਪੁਲਿਸ ਦਾ ਥਾਣੇਦਾਰ ਵਿੱਢਿਆ ਉਸਨੇ ਨਵਾਂ ਵਪਾਰ ਲੈਂਦਾ ਪੂਰਾ 5000 ਬੋਤਲ ਫੜ ਲੇ ਖਾਲੀ ਜੀ ਜੇਕਰ ਚਲਦੀ ਪੱਠੀ ਫੜ ਲੇ ਤਾਂ ਫਿਰ ਪੂਰਾ 40 ਜੀ ਐਵੇਂ ਲਾਉਂਦੇ ਕਿਉਂ ਅਲਜਾਮ ਸਾਡਾ ਵਾਧੂ ਨਾ ਬਦਨਾਮ ਅੱਧੇ ਲੈਂਦਾ ਡਿਪਟੀ ਦਾਮ ਬਾਕੀ ਦੇਸ਼ ਜਾਣੇ ਜੀ ਹਰ ਕੋਈ ਮਰਗੇ ਕਰਦਾ ਕੈਸੀ ਚਾਲ ਜਮਾਨੇ ਦੀ ਜਿਹੜਾ ਹੈ ਜ਼ਿਮੀਂਦਾਰ ਭਾਈ ਇਹਨੂੰ ਖਾਸੀ ਚੰਗੀ ਕਮਾਈ ਜਾਂਦਾ ਕਣਕ ਕਮਾਦ ਚਲਾਈ ਤੇ 3 ਫਸਲਾਂ ਲੈਂਦਾ ਹੈ ਫਿਰ ਵੀ ਕਹਿੰਦਾ ਕੱਖ ਨੀ ਬਚਦਾ ਖਰਚਾ ਹੀ ਸਿਰ ਪੈਂਦਾ ਹੈ ਵਿਕਦੀ ਹਰ ਇੱਕ ਚੀਜ਼ ਬਾਜ਼ਾਰ ਗੰਨਾ ਝੋਨਾ ਕਣਕ ਜਵਾਰ ਲਾਤੇ ਖੋਰੀ ਨਾਲ ਅੰਬਾਰ ਪਰਤੀ ਮਿਲਰ ਪਾਣੇ ਦੀ ਹਰ ਕੋਈ ਮਰਗੇ ਕਰਦਾ ਕੈਸੀ ਚਾਲ ਜਮਾਨੇ ਦੀ ਵਾਰੀ ਠੇਕੇਦਾਰ ਦੀ ਆਵੇ ਲਾ ਕੇ 50 ਕਮਾਵੇ ਭਨ ਕੇ ਪਾਣੀ ਦੇ ਵਿੱਚ ਪਾਵੇ ਪਸ਼ੂਆਂ ਵਾਲੇ ਟੀਕੇ ਜੀ ਕਰਨ ਪਊਏ ਤੋਂ ਬੋਤਲ ਲੋਕੀ ਮਰਦੇ ਪੀ ਕੇ ਜੀ ਜਿਹੜੇ ਮਚਣ ਕਮਾਈ ਉੱਤੇ ਐਵੇਂ ਫਿਰਨ ਭੌਂਕਦੇ ਕੁੱਤੇ ਲੈ ਗਈ 25 ਲੱਖ ਤੋਂ ਉੱਤੇ ਪਾਲਕਾ ਬਾਗੇ ਪੁਰਾਣੇ ਦੀ ਹਰ ਕੋਈ ਮਰਗੇ ਕਰਦਾ ਕੈਸੀ ਚਾਲ ਜਮਾਨੇ ਦੀ ਨਾਈ ਕਰੇ ਹਜ਼ਾਮਤ ਜਿਹੜਾ ਉਸਦਾ ਭਰਿਆ ਰਹਿੰਦਾ ਵੇੜਾ ਫਿਰ ਵੀ ਹੈ ਕਰ ਲਾਉਂਦਾ ਪੈੜਾ ਇਹ ਸਭ ਤੋਂ ਜ਼ਿਆਦੇ ਜੀ ਭੁੱਖ ਨੰਗ ਨਾਲ ਭੁਲੀਏ ਲੋਕੀ ਕਹਿੰਦੇ ਰਾਜੇ ਜੀ ਮੂੰਹ ਨੂੰ ਸਾਬਣ ਜੀ ਲਾ ਲੈਂਦਾ 15 ਮਿੰਟਾਂ ਵਿੱਚ ਵੀ ਲੈਂਦਾ ਆਇਆ ਸਾਰੀ ਉਮਰ ਨ ਖਰਚਾ ਪੈਂਦਾ ਚਲਦੇ ਸੰਦ ਪੁਰਾਣੇ ਜੀ ਹਰ ਕੋਈ ਮਰਗੇ ਕਰਦਾ ਕੈਸੀ ਚਾਲ ਜਮਾਨੇ ਦੀ ਕਹਿੰਦੇ ਆ ਵੀਰਨ ਚਮਿਆਰ ਸਾਡਾ ਕਾਹਦਾ ਕਾਰੋਬਾਰ ਹੁੰਦੇ ਰਹੀਏ ਖੱਜਲ ਖੁਆਰ ਸਾਡੇ ਕਾਹਦੇ ਧੰਦੇ ਸਾਰੀ ਦਿਹਾੜੀ ਲਾਉਣੇ ਪੈਂਦੇ ਚੰਮ ਤੇ ਰੰਦੇ ਆ ਦੱਸੋ ਇਹਨਾਂ ਨੂੰ ਕੀ ਤੋੜਾ ਦੱਸਦਾ ਚੰਮ ਤੇ ਸੌਦਾ ਜੋੜਾ ਆਇਆ ਨਾਲੇ ਖਰਚਾ ਬਿਲਕੁਲ ਥੋੜਾ ਲੱਗਦੀ ਡੋਰ ਨ ਆਨੇ ਦੀ ਹਰ ਕੋਈ ਮਰਗੇ ਕਰਦਾ ਕੈਸੀ ਚਾਲ ਜਮਾਨੇ ਦੀ ਉਹ ਇੱਕ ਦਿਨ ਮਿਲਿਆ ਮਾਸਟਰ ਸਾਹਿਬ ਹੱਥ ਵਿੱਚ ਚੱਕੀ ਫਿਰੇ ਕਿਤਾਬ ਨਾਲੇ ਲੱਗੇ ਕਹਿਣ ਜਨਾਬ ਅਸੀਂ ਤੰਗ ਵਾਲੇ ਰਹਿੰਦੇ ਆ ਬਸ ਤਨਖਾਹ ਹੀ ਮਿਲਦੀ ਅਸੀਂ ਕੀ ਰਿਸ਼ਵਤ ਲੈਂਦੇ ਆ ਡਿਊਟੀ ਜਾਣ ਮਹੀਨੇ ਸ਼ੀਆ ਉੱਥੇ ਕਰਦੇ ਵੀ ਭਲਾ ਕੀ ਆਇਆ ਜਾ ਕੇ ਮੁੜ ਆਉਂਦੇ ਚਾ ਪੀਆ ਵਾਧੂ ਕੁੱਟਣ ਨਿਆਣੇ ਜੀ ਹਰ ਕੋਈ ਮਰਗੇ ਕਰਦਾ ਕੈਸੀ ਚਾਲ ਜਮਾਨੇ ਦੀ ਉਹ ਆਇਆ ਜਿਹੜਾ ਨਵਾਂ ਪਟਵਾਰੀ ਉਹਨੂੰ ਪਵੇ ਪਲੇਗ ਬਿਮਾਰੀ ਆਉਂਦਾ ਹਫਤੇ ਵਿੱਚ ਇੱਕ ਵਾਰੀ ਤੇ ਫਿਰ ਸ਼ੌਡੇ ਲਾਉਂਦਾ ਹੈ ਕੀ ਤਨਖਾਹ ਤੋਂ ਲੈਣਾ 900 ਰੋਜ਼ ਕਮਾਉਂਦਾ ਹੈ ਪੁੱਛਿਆ ਜੇ ਪਟਵਾਰੀ ਕਹਿੰਦਾ ਮੇਰੇ ਪੱਲੇ ਕੱਖ ਨੀ ਪੈਂਦਾ ਆਇਆ ਉਹ ਕਾਨੂੰ ਬੋਲ
ਲੈ ਲੈਂਦਾ ਫੀਸ ਜੋ ਨਕਲ ਲਹਾਣੇ ਦੀ ਹਰ ਕੋਈ ਮਰ ਗਏ ਕਰਦਾ ਕੈਸੀ ਚਾਲ ਜਮਾਨੇ ਦੀ ਆ ਜੋ ਵੀਰਨ ਬਿਜਲੀ ਵਾਲੇ ਇਹਨਾਂ ਨੂੰ ਤਾਂ ਰੱਬ ਸੰਭਾਲੇ ਐਸੀ ਕਰਦਾ ਹੈ ਤੰਗ ਵਾਲੇ ਮਨ ਦਾ ਮੰਗ ਅਸਾਡੀ ਨਾ ਕੱਲ ਨੂੰ ਕਰਨ ਮਜ਼ਾਰਾ ਜਾਣਾ ਪੈਣੀ ਤਾਰ ਤੁਹਾਡੀ ਨਾ ਇਹਨੇ ਗਏ ਪੁਲਿਸ ਨੂੰ ਟਪਜੀ ਪੀ ਕੇ ਫੇਰ ਮੁੱਛਾਂ ਤੋਂ ਹੱਥ ਜੀ ਆਪੇ ਦਿੰਦੇ ਜੁਗਤ ਨੇ ਦਸ ਜੀ ਮੀਟਰ ਨੂੰ ਰਕਵਾਣੇ ਦੀ ਹਰ ਕੋਈ ਮਰ ਗਏ ਕਰਦਾ ਕੈਸੀ ਚਾਲ ਜਮਾਨੇ ਦੀ ਹਾਂਜੀ ਗ੍ਰਾਮ ਸੇਵਕ ਹੈ ਜਿਹੜਾ ਮਾਰੇ ਮਹੀਨੇ ਮਗਰੋਂ ਗੇੜਾ ਕਹਿੰਦਾ ਬਹੁਤ ਵੀਡੀਓ ਪੈੜਾ ਕਰਦਾ ਹੈ ਸਖਤਾਈ ਜੀ ਥੋਡੇ ਪਿੰਡ ਦੀ ਖਾਤਰ ਕਰਾਂ ਮੈਂ ਕੁੱਤੇ ਪਕਾਈ ਜੀ ਕਾਰਡ ਜੇ ਬਣਵਾਉਣਾ ਪੀਲਾ ਦੇ ਦਿਓ ਇੱਕ ਇੱਕ ਪੱਤਾ ਨੀਲਾ ਆਇਆ ਸਾਰਾ ਆਪੇ ਕਰਨ ਨੂੰ ਹੀਲਾ ਤੁਹਾਨੂੰ ਲੋੜ ਨੀ ਜਾਣੇ ਦੀ ਹਰ ਕੋਈ ਮਰ ਗਏ ਕਰਦਾ ਕੈਸੀ ਚਾਲ ਜਮਾਨੇ ਦੀ ਅੱਜ ਕੱਲ ਘਰ ਘਰ ਦੇ ਵਿੱਚ ਨੇਤਾ ਪਾਉਂਦੇ ਫਿਰਨ ਅੱਖਾਂ ਵਿੱਚ ਰੇਤਾ ਗੂੜਾ ਰੰਗ ਨੀਲੀ ਨੂੰ ਦੇਤਾ ਚਿੱਟੀ ਸਾਂਭ ਕੇ ਰੱਖ ਲੈਂਦੇ ਜੇਕਰ ਲੋੜ ਦੁਬਾਰਾ ਪੈ ਜੇ ਤਾਂ ਫਿਰ ਚਿੱਟੀ ਚੱਕ ਲੈਂਦੇ ਚੱਲਿਆ ਪੈਨਸ਼ਨ ਲਾਉਣ ਮੈਂ ਥੋਡੀ ਦੇ ਦਿਓ ਤੁਸੀਂ ਕਪਾਹ ਨੂੰ ਗੋਡੀ ਕਰਦੀ ਕੀ ਮਾਈ ਹੈ ਥੋਡੀ ਚਾਰਕ ਖੇਸ ਤਹਾਣੇ ਸੀ ਹਰ ਕੋਈ ਮਰ ਗਏ ਕਰਦਾ ਕੈਸੀ ਚਾਲ ਜਮਾਨੇ ਦੀ ਕਹਿੰਦਾ ਦਰਜੀ ਹੁੰਦੇ ਤੰਗ ਜੀ ਆਉਂਦੀ ਹੈ ਨਾ ਇਹਨੂੰ ਸੰਗ ਜੀ ਲੈਂਦਾ ਕੁੜਤੇ ਦੇ ਧੀ ਮੰਗ ਜੀ 150 ਪੈਂਟ ਸਲਾਈ ਆ ਗੋਡੇ ਦੁਖਣ ਨਜ਼ਰ ਵੀ ਘੱਟ ਜੇ ਐਵੇਂ ਮਗਜਖ ਪਾਈ ਆ ਡੇਢ ਵੀਲ ਚ ਸੂਟ ਬਣਾਵੇ ਪੱਲਿਓ ਹੋਰ ਨਾ ਕੱਖ ਵੀ ਲਾਵੇ ਕਪੜਾ ਰੱਖ ਕੇ ਵਿੱਚੋਂ ਬਣਾਵੇ ਨਿੱਕਰ ਸ਼ਰਟ ਨਿਆਣੇ ਦੀ ਹਰ ਕੋਈ ਮਰ ਗਏ ਕਰਦਾ ਕੈਸੀ ਚਾਲ ਜਮਾਨੇ ਦੀ ਉਹ ਸੁਣ ਮੰਦਰ ਹਮਦਰਦਾ ਤੇਰਾ ਚੁੱਕਣਾ ਪੈ ਗਿਆ ਪਰਦਾ ਫਿਰਦਾ ਨਕਲ ਕਾਸ ਤੂੰ ਕਰਦਾ ਰਜਬਲੀ ਖਾਨ ਪਿਆਰੇ ਦੀ ਤੈਨੂੰ ਨਹੀਂ ਸਮਝ ਹੈ ਕੋਈ ਡੂਢੇ ਅਤੇ ਦਤਾਰੇ ਦੀ ਕਹਿਰ ਦੇਵ ਵਧ ਗਿਆ ਛੰਦ ਜੀ ਇਹਨੂੰ ਇੱਥੇ ਕਰ ਦੇ ਬੰਦ ਜੀ ਔੜਾ ਅਤੇ ਬਹੱਤਰ ਮਕੰਦ ਜੀ ਤੈਨੂੰ ਲੋੜ ਪੜਾਣੇ ਦੀ ਹਰ ਕੋਈ ਮਰ ਗਏ ਕਰਦਾ ਕੈਸੀ ਚਾਲ ਜਮਾਨੇ ਦੀ ਆਓ ਫਤਿਹ ਬੁਲਾਉਣ ਤੋਂ ਪਹਿਲਾਂ ਜੇਕਰ ਜਥੇ ਦੀ ਲੋੜ ਹੋਵੇ ਤਾਂ ਤੁਸੀਂ ਸਾਨੂੰ ਇਸ ਪਤੇ 'ਤੇ ਮਿਲ ਸਕਦੇ ਹੋ ਕਿਸੇ ਵੀ ਕਿਸਮ ਦਾ ਪ੍ਰੋਗਰਾਮ ਲਈ ਜਥਾ ਹਾਜ਼ਰ ਹੈ ਸੁਣੋ ਐਡਰੈਸ ਦੀ ਕਵਿਤਾ ਇਉਂ ਬੇਨਤੀ ਕੀਤੀ ਜਾ ਰਹੀ ਹੈ ਵੱਧ ਘੱਟ ਬੋਲਿਆ ਜੇ ਗਿਆ ਕਰ ਦਿਓ ਮਾਫ ਕਸੂਰ ਪਤਾ ਟਿਕਾਣਾ ਦੱਸੀਏ ਕਰ ਲੋ ਨੋਟ ਹਜੂਰ ਸੱਚੇ ਨੇ ਮਠਾਸ ਪਾਰਤੀ ਜ਼ਬਾਨਾ ਚਾਹਾਂ ਸਾਵਾਦਾਂ ਦੇ ਫੁੱਲਾਵਰ ਤਾ ਤੇ ਦਵਾਨਾ ਚਾਹਾਂ ਸੰਗਤਾਂ ਦੇ ਪੈਰੀ ਨੀਵੇਂ ਹੋ ਕੇ ਪੈਨੇ ਆ ਆਸੀ ਤਿੰਨੇ ਪਿੰਡ ਲਾਲ ਬਾਈ ਰਹਿੰਦੇ ਆ ਉਹ ਤਿੰਨੇ ਪਾੜੇ ਲਿਖੇ ਦਸਵੀਂ ਤੋਂ ਜ਼ਿਆਦੇ ਆ ਹੋਰ ਵੀ ਪੜ੍ਹਾਈ ਕਰਨੇ ਨੂੰ ਆਦੇ
ਆ ਔਰ ਦੂਸਰਾ ਖਾ ਦੇ ਗੁਰੂ ਜੀ ਨੂੰ ਕਹਿੰਦੇ ਆ ਅਸੀਂ ਤਿੰਨੇ ਪਿੰਡ ਲਾਲ ਬਾਈ ਰਹਿੰਦੇ ਆ ਜਿੱਥੋਂ ਦੀ ਨਾ ਸਵਾਰ ਜੱਗ ਚ ਮਸ਼ਹੂਰ ਹੈ ਉਹ ਗਿੱਦੜ ਬਾਹਾ ਸਾਥੋਂ ਥੋੜੀ ਦੂਰ ਹੈ ਉਥੋਂ ਜਾ ਕੇ ਪੁੱਲ ਸ਼ੈਖਰੀ ਦਾ ਲੈਨੇ ਆ ਅਸੀਂ ਤਿੰਨੇ ਪਿੰਡ ਲਾਲ ਬਾਈ ਰਹਿੰਦੇ ਆ ਉਹ ਹਾਂ ਜੀ ਗਿੱਦੜ ਬਹੋ ਬੱਸਾਂ ਜੋ ਲੰਬੀ ਨੂੰ ਆਂਦੀਆਂ ਸਾਡੇ ਪਿੰਡ ਸਾਰੀਆਂ ਖੜੋ ਕੇ ਜਾਂਦੀਆਂ ਠੰਡੇ ਮਾਤੇ ਅੱਡੇ ਤੇ ਬੱਸਾਂ ਚੋ ਲੈਨੇ ਆ ਅਸੀਂ ਤਿੰਨੇ ਪਿੰਡ ਲਾਲ ਬਾਈ ਰਹਿੰਦੇ ਆ ਅਸੀਂ ਗੋਣਾ ਲਈਏ ਗੂਣੀ ਕੋਲੋਂ ਜਿਹੜੇ ਹੰਸਾ ਸਿਉਂ ਬਰਾੜ ਪਿੰਡ ਮਾਣੀ ਖੇੜੇ ਓ ਰੋਜ਼ਾ ਜਾ ਕੇ ਉਹਦੇ ਚਾਰ ਨਾਂ ਤੇ ਢਹਿਨੇ ਆ ਅਸੀਂ ਤਿੰਨੇ ਪਿੰਡ ਲਾਲ ਬਾਈ ਰਹਿੰਦੇ ਆ ਉਹ ਕਦੋਂ ਤੱਕ ਗਾਈਏ ਇਹ ਤਾਂ ਜਾਣੇ ਈਸ਼ਰੀ ਸ਼ੌਂਕ ਨਾਲ ਤਿੰਨੇ ਕਾਰੀ ਇੱਕ ਵਿਸ਼ਰੀ ਸ਼ਾਮੀ ਆਵੇ ਆਸ ਕਾਰਨੇ ਨੂੰ ਬਹਿਨੇ ਆ ਅਸੀਂ ਤਿੰਨੇ ਪਿੰਡ ਲਾਲ ਬਾਈ ਰਹਿੰਦੇ